ਕੀ ਹੋਇਆ ਕੀ ਸੀਗਾ? ਨਹੀਂ ਅੱਗ ਲੱਗੀ ਕਿਵੇਂ ਪਤਾ ਲੱਗਿਆ ਕੁਛ? ਇੱਥੇ ਕਬਾੜ ਪਿਆ, ਉੱਥੇ ਅੱਗ ਹੀ ਲੱਗਦੀ ਹੈ। ਕਿੰਨੇ ਲੱਖਾਂ ਦਾ ਨੁਕਸਾਨ ਹੋਇਆ? ਸਾਰਾ ਖਤਮ ਹੋ ਗਿਆ ਭਾਜੀ, ਲੱਖਾਂ ਲੱਗੀ, ਕਰੋੜਾਂ ਦਾ ਖਤਮ ਹੋ ਗਿਆ। ਪਲਾਸਟਿਕ ਦੇ ਗਡਾਊਨ ਨੂੰ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ ਇੱਕਦਮ ਭਗਦੜ ਮੱਚ ਗਈ। ਦੁਕਾਨਦਾਰ ਭੁੱਬਾ ਮਾਰ ਮਾਰ ਕੇ ਰੋਂਦਾ ਨਜ਼ਰ ਆ ਰਿਹਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਬੁਲਾਈਆਂ ਗਈਆਂ, ਲਗਾਤਾਰ ਇਸ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਗਏ। ਲੁਧਿਆਣਾ ਦੇ ਗਿੱਲ ਰੋਡ ਨੇੜੇ ਸਾਈਕਲ ਮਾਰਕੀਟ ਦੇ ਵਿੱਚ ਬਣੀ ਸੈਂਟਰਲ ਮਾਰਕੀਟ ਦੇ ਵਿੱਚ ਅੱਜ ਸਵੇਰੇ ਤੜਕਸਾਰ ਪਲਾਸਟਿਕ ਦੇ ਗਡਾਊਨ ਦੇ ਵਿੱਚ ਭਿਆਨਕ ਅੱਗ ਲੱਗੀ, ਜਿਸ ਦੇ ਚੱਲਦਿਆਂ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਔਰ ਫਾਇਰ ਬ੍ਰਿਗੇਡ ਦੀ ਟੀਮ ਵੀ ਅੱਗ ਤੇ ਕਾਬੂ ਪਾਉਣ ਦੇ ਲਈ ਪਹੁੰਚ ਗਈ। ਇੱਥੇ ਵੀ ਦੱਸ ਦਈਏ ਕਿ ਹੁਣ ਤੱਕ 5 ਤੋਂ 7 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ, ਪਰ ਹਾਲੇ ਤੱਕ ਇਸ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਪਲਾਸਟਿਕ ਜ਼ਿਆਦਾ ਹੋਣ ਕਰਕੇ ਅੱਗ ਅੱਗੇ ਤੋਂ ਅੱਗੇ ਫੈਲਦੀ ਗਈ, ਨਾਲ ਦੇ ਘਰਾਂ ਨੂੰ ਵੀ ਇਸ ਦਾ ਸੇਕ ਪਹੁੰਚ ਗਿਆ, ਜਿਸ ਕਰਕੇ ਪੁਲਿਸ ਨੇ ਨਾਲ ਦੇ ਘਰਾਂ ਨੂੰ ਖਾਲੀ ਕਰਵਾ ਦਿੱਤਾ। ਉਧਰ ਜਦੋਂ ਗਡਾਊਨ ਦੇ ਮਾਲਕ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ, ਉਹਨਾਂ ਕਿਹਾ ਕਿ ਇਹ ਪਲਾਸਟਿਕ ਦਾ ਗਡਾਊਨ ਸੀ, ਅੱਗ ਲੱਗਣ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗਿਆ। ਮੌਕੇ ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ, ਨਾਲ ਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ। ਤਾਂ ਦੁਕਾਨਦਾਰ ਰੋਂਦਾ ਹੋਇਆ ਜਾਂਦਾ ਨਜ਼ਰ ਆ ਰਿਹਾ। ਪਲਾਸਟਿਕ ਦਾ ਇਹ ਗਡਾਊਨ ਸੀ ਜਿੱਥੇ ਅੱਗ ਦੇ ਭਾਂਬੜ ਮੱਚੇ ਨੇ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਪਲਾਸਟਿਕ ਜ਼ਿਆਦਾ ਸੀ, ਇਸ ਕਰਕੇ ਅੱਗ ਨਹੀਂ ਬੁਝੀ। 5 ਤੋਂ 7 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪੁੱਜੀਆਂ ਹੋਈਆਂ ਨੇ, ਇਸ ਅੱਗ ਨੂੰ ਬੁਝਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਲੁਧਿਆਣਾ ਦੇ ਗਿੱਲ ਰੋਡ ਤੇ ਸਾਈਕਲ ਮਾਰਕੀਟ ਦੇ ਵਿੱਚ ਬਣੀ ਸੈਂਟਰਲ ਮਾਰਕੀਟ ਦੇ ਵਿੱਚ ਇਹ ਪਲਾਸਟਿਕ ਦਾ ਗਡਾਊਨ ਹੈ ਜਿੱਥੇ ਅੱਗ ਦੇ ਭਾਂਬੜ ਮੱਚੇ ਨੇ। ਕੁਛ ਨਹੀਂ ਵੀਰੇ, ਲਾਗੇ ਕੀ ਅੱਗ ਨਾ, ਹੁਣ ਪਲਾਸਟਿਕ ਹੈ। ਅੱਛਾ ਜੀ, ਗਡਾਊਨ ਬਣਿਆ ਹੋਇਆ, ਫੈਕਟਰੀ ਤਾਂ ਹੈ ਨਹੀਂ ਕੋਈ। ਕੀ ਇਹ ਮਤਲਬ ਕਿ ਕਿਸ ਚੀਜ਼ ਦਾ ਗਡਾਊਨ ਹੈ ਜੀ? ਪਲਾਸਟਿਕ ਦਾ ਜੀ। ਪਲਾਸਟਿਕ ਦਾ ਗਡਾਊਨ ਹੈ ਅਤੇ ਪਤਾ ਲੱਗਿਆ ਕਿਸ ਤਰ੍ਹਾਂ ਅੱਗ ਲੱਗੀ? ਨਾ ਪਤਾ ਲੱਗਾ, ਇਹ ਤਾਂ ਬੰਦ ਪਿਆ ਕਾਫੀ ਟਾਈਮ ਤੋਂ ਨਾ, ਅਤੇ ਫਾਇਰ ਕਰਮੀ ਪਹੁੰਚ ਗਏ? ਹਾਂਜੀ, ਲੱਗੇ ਹੋਏ ਨੇ ਜੀ ਪਾਣੀ ਵਿੱਚ। ਇਹ ਸਰ ਸੈਂਟਰ ਮਾਰਕੀਟ ਪੈਂਦੀ ਹੈ ਜੀ, ਇਹ ਦੱਸ ਦਿਨ ਵੀ ਰਾਤ ਮਾਰਕੀਟ ਸੁਲੋ ਜੀ, ਜਾ ਕੇ ਦੱਸਿਆ ਜਾਤ ਹੁਣ ਅਸੀਂ ਜਾ ਦੇਖੀ ਅੱਗ, ਨਾਲੇ ਫਿਰ ਰੇਟ ਬੁਲਾ ਕੇ ਜੀ ਅੱਗ ਵੀ ਆ ਰਹੇ ਹਾਂ ਜੀ। ਕਿੰਨੀ ਕੁ ਅੱਗ ਲੱਗੀ ਆ ਜੀ? ਅੱਗ ਹੈਗੀ ਤੁਹਾਡੇ ਸਾਹਮਣੇ ਦੇਖ ਲਓ ਸਰ, ਤੀਜੇ ਘਰ ਇਹਦੇ ਨਾਲ ਲੱਗ ਗਈ ਫੈਕਟਰੀ ਨੂੰ ਜੀ, ਨਾਲ ਨਹੀਂ ਲੱਗ ਗਈ। ਅਤੇ ਤੁਹਾਨੂੰ ਮਤਲਬ ਇਤਲਾਹ ਕਿੱਦਾਂ ਹੋਈ ਜੀ? ਸਰ ਸਾਨੂੰ ਨਾ ਇੱਥੇ 112 ਫੋਨ ਕਰਿਆ ਵਾ, ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚ ਗਏ ਇੱਥੇ, ਨਾਲਿਆਂ ਨੂੰ ਕਿਹਾ ਸਰ ਕਿੱਥੇ, ਕਹਿੰਦਾ ਇੱਥੇ ਪਹੁੰਚੋ, ਪਹੁੰਚ ਗਈ, ਨਾਲੇ ਫਿਰ ਗੇਟ ਨੂੰ ਫੋਨ ਕਰਕੇ ਬੁਲਾਇਆ ਜੀ, ਆ ਫਿਰ ਗੇਟ ਆ ਗਏ ਗੱਡੀ ਜੀ। ਇਹ ਸਰ ਆਹ ਲਿਫਾਫੇ ਲਫੂਫੇ ਆਹ ਜੀ, ਲਿਫਾਫੇ ਦੱਸ ਦਿੰਦੇ ਵਿੱਚੋਂ ਜੀ, ਬਾਕੀ ਦੇ ਮਾਲਕ ਆ ਨਹੀਂ, ਪਤਾ ਕਰ ਰਹੇ ਕੀ ਕਹਿੰਦੇ। ਇਹ ਹੋਰ ਵੀ ਅੱਗ ਫੈਲ ਰਹੀ ਹੈ ਅੱਗੇ? ਜੀ ਜੀ ਸਰ, ਅੱਗੇ ਫੈਲ ਰਹੀ ਹੈ, ਦੇਖੋ ਅੱਗੇ। ਕੀ ਹੋਇਆ ਕੀ ਸੀਗਾ? ਨਹੀਂ ਅੱਗ ਲੱਗੀ ਕਿਵੇਂ ਪਤਾ ਲੱਗਿਆ ਕੁਛ? ਇੱਥੇ ਕਬਾੜ ਪਿਆ, ਉੱਥੇ ਅੱਗ ਹੀ ਲੱਗਦੀ ਹੈ। ਕਿੰਨੇ ਲੱਖਾਂ ਦਾ ਨੁਕਸਾਨ ਹੋਇਆ? ਸਾਰਾ ਖਤਮ ਹੋ ਗਿਆ ਭਾਜੀ, ਲੱਖਾਂ ਲੱਗੀ, ਕਰੋੜਾਂ ਦਾ ਖਤਮ ਹੋ ਗਿਆ। ਪਲਾਸਟਿਕ ਦੇ ਗਡਾਊਨ ਨੂੰ ਭਿਆਨਕ ਅੱਗ ਲੱਗੀ, ਜਿਸ ਤੋਂ ਬਾਅਦ ਇੱਕਦਮ ਭਗਦੜ ਮੱਚ ਗਈ। ਦੁਕਾਨਦਾਰ ਭੁੱਬਾ ਮਾਰ ਮਾਰ ਕੇ ਰੋਂਦਾ ਨਜ਼ਰ ਆ ਰਿਹਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਬੁਲਾਈਆਂ ਗਈਆਂ, ਲਗਾਤਾਰ ਇਸ ਅੱਗ ਨੂੰ ਬੁਝਾਉਣ ਦੇ ਯਤਨ ਕੀਤੇ ਗਏ। ਲੁਧਿਆਣਾ ਦੇ ਗਿੱਲ ਰੋਡ ਨੇੜੇ ਸਾਈਕਲ ਮਾਰਕੀਟ ਦੇ ਵਿੱਚ ਬਣੀ ਸੈਂਟਰਲ ਮਾਰਕੀਟ ਦੇ ਵਿੱਚ ਅੱਜ ਸਵੇਰੇ ਤੜਕਸਾਰ ਪਲਾਸਟਿਕ ਦੇ ਗਡਾਊਨ ਦੇ ਵਿੱਚ ਭਿਆਨਕ ਅੱਗ ਲੱਗੀ, ਜਿਸ ਦੇ ਚੱਲਦਿਆਂ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਔਰ ਫਾਇਰ ਬ੍ਰਿਗੇਡ ਦੀ ਟੀਮ ਵੀ ਅੱਗ ਤੇ ਕਾਬੂ ਪਾਉਣ ਦੇ ਲਈ ਪਹੁੰਚ ਗਈ। ਇੱਥੇ ਵੀ ਦੱਸ ਦਈਏ ਕਿ ਹੁਣ ਤੱਕ 5 ਤੋਂ 7 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚ ਚੁੱਕੀਆਂ ਨੇ, ਪਰ ਹਾਲੇ ਤੱਕ ਇਸ ਅੱਗ ਤੇ ਕਾਬੂ ਨਹੀਂ ਪਾਇਆ ਗਿਆ। ਪਲਾਸਟਿਕ ਜ਼ਿਆਦਾ ਹੋਣ ਕਰਕੇ
ਅੱਗ ਅੱਗੇ ਤੋਂ ਅੱਗੇ ਫੈਲਦੀ ਗਈ, ਨਾਲ ਦੇ ਘਰਾਂ ਨੂੰ ਵੀ ਇਸ ਦਾ ਸੇਕ ਪਹੁੰਚ ਗਿਆ, ਜਿਸ ਕਰਕੇ ਪੁਲਿਸ ਨੇ ਨਾਲ ਦੇ ਘਰਾਂ ਨੂੰ ਖਾਲੀ ਕਰਵਾ ਦਿੱਤਾ। ਉਧਰ ਜਦੋਂ ਗਡਾਊਨ ਦੇ ਮਾਲਕ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ, ਉਹਨਾਂ ਕਿਹਾ ਕਿ ਇਹ ਪਲਾਸਟਿਕ ਦਾ ਗਡਾਊਨ ਸੀ, ਅੱਗ ਲੱਗਣ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗਿਆ। ਮੌਕੇ ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ, ਨਾਲ ਦੇ ਘਰਾਂ ਨੂੰ ਖਾਲੀ ਕਰਵਾਇਆ ਗਿਆ ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ। ਤਾਂ ਦੁਕਾਨਦਾਰ ਰੋਂਦਾ ਹੋਇਆ ਜਾਂਦਾ ਨਜ਼ਰ ਆ ਰਿਹਾ। ਪਲਾਸਟਿਕ ਦਾ ਇਹ ਗਡਾਊਨ ਸੀ ਜਿੱਥੇ ਅੱਗ ਦੇ ਭਾਂਬੜ ਮੱਚੇ ਨੇ, ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਪਲਾਸਟਿਕ ਜ਼ਿਆਦਾ ਸੀ ਇਸ ਕਰਕੇ ਅੱਗ ਨਹੀਂ ਬੁਝੀ। 5 ਤੋਂ 7 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪੁੱਜੀਆਂ ਹੋਈਆਂ ਨੇ। ਇਸ ਅੱਗ ਨੂੰ ਬੁਝਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਲੁਧਿਆਣਾ ਦੇ ਗਿੱਲ ਰੋਡ ਤੇ ਸਾਈਕਲ ਮਾਰਕੀਟ ਦੇ ਵਿੱਚ ਬਣੀ ਸੈਂਟਰਲ ਮਾਰਕੀਟ ਦੇ ਵਿੱਚ ਇਹ ਪਲਾਸਟਿਕ ਦਾ ਗਡਾਊਨ ਹੈ ਜਿੱਥੇ ਅੱਗ ਦੇ ਭਾਂਬੜ ਮੱਚੇ ਨੇ। ਕੁਛ ਨੀ ਵੀਰੇ, ਲਾਗੇ ਕੀ ਅੱਗ ਨਾ ਹੁਣ ਪਲਾਸਟਿਕ ਹੈ। ਅੱਛਾ ਜੀ, ਗਡਾਊਨ ਬਣਿਆ ਹੋਇਆ, ਫੈਕਟਰੀ ਤਾਂ ਹੈ ਨੀ ਕੋਈ। ਕੀ ਇਹ ਮਤਲਬ ਕਿ ਕਿਸ ਚੀਜ਼ ਦਾ ਗਡਾਊਨ ਹੈ ਜੀ? ਪਲਾਸਟਿਕ ਦਾ ਜੀ। ਪਲਾਸਟਿਕ ਦਾ ਗਡਾਊਨ ਹੈ ਤੇ ਪਤਾ ਲੱਗਿਆ ਕਿਸ ਤਰ੍ਹਾਂ ਅੱਗ ਲੱਗੀ? ਨਾ ਪਤਾ ਨਹੀਂ, ਇਹ ਤਾਂ ਬੰਦ ਪਿਆ ਕਾਫੀ ਟਾਈਮ ਤੋਂ ਨਾ। ਤੇ ਫਾਇਰ ਕਰਮੀ ਪਹੁੰਚ ਗਏ? ਹਾਂਜੀ, ਲੱਗੇ ਹੋਏ ਨੇ ਜੀ ਪਾਣੀ ਵਾਸਤੇ। ਇਹ ਸਰ ਸੈਂਟਰ ਮਾਰਕੀਟ ਪੈਂਦੀ ਹੈ ਜੀ। ਇਹ ਦੱਸ ਦਿਨ ਵੀ ਰਾਤ ਮਾਰਕੀਟ ਚਲੋ ਜੀ, ਅੱਗੇ ਦੱਸਿਆ ਜਾਤ ਹੁਣ ਅਸੀਂ ਜਾ ਦੇਖੀ ਅੱਗ, ਨਾਲੇ ਫਾਇਰ ਬ੍ਰਿਗੇਡ ਬੁਲਾ ਕੇ ਅੱਗ ਵੀ ਆ ਰਹੇ ਹਾਂ ਜੀ। ਕਿੰਨੀ ਕੁ ਅੱਗ ਲੱਗੀ ਆ ਜੀ? ਅੱਗ ਹੈਗੀ ਤੁਹਾਡੇ ਸਾਹਮਣੇ ਦੇਖ ਲਓ ਸਰ, ਤੀਜੇ ਇੱਧਰ ਨਾਲ ਲੱਗ ਗਈ ਫੈਕਟਰੀ ਨੂੰ ਜੀ, ਨਾਲ ਨਹੀਂ ਲੱਗ ਗਈ। ਸਰ ਸਾਨੂੰ ਨਾ ਇੱਥੇ 112 ਫੋਨ ਕਰਿਆ ਵਾ, ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚ ਗਏ ਇੱਥੇ। ਨਾਲਿਆਂ ਨੂੰ ਕਿਹਾ ਸਰ ਕਿੱਥੇ, ਕਹਿੰਦਾ ਇੱਥੇ ਪਹੁੰਚੋ, ਪਹੁੰਚ ਗਈ। ਨਾਲੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ਜੀ, ਫਾਇਰ ਬ੍ਰਿਗੇਡ ਆ ਗਏ ਗੱਡੀਆਂ ਜੀ। ਇਹ ਸਰ ਆਹ ਲਿਫਾਫੇ ਆਹ ਜੀ, ਲਿਫਾਫੇ ਦੱਸ ਦਿੰਦੇ ਵਿੱਚੋਂ ਜੀ, ਬਾਕੀ ਦੇ ਮਾਲਕ ਆ ਨਹੀਂ, ਪਤਾ ਕਰ ਰਹੇ ਕੀ ਕਹਿੰਦੇ ਜੀ। ਹੋਰ ਵੀ ਅੱਗ ਫੈਲ ਰਹੀ ਹੈ ਜੀ? ਜੀ ਸਰ, ਅੱਗੇ ਫੈਲ ਰਹੀ ਹੈ, ਦੇਖੋ ਆ ਕੇ।